ਪ੍ਰੋਫੈਸਰ ਸਾਹਿਬ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੀ ਮੋਡਲ ਕੀ ਸੀਗਾ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਇੱਕ ਅਹਿਮ ਮੁੱਦੇ ਨੂੰ ਲੈ ਕਰਕੇ ਕਿ 1978 ਦੀ ਵਿਸਾਖੀ ਪੰਜਾਬ ਦੇ ਧਾਰਮਿਕ ਅਤੇ ਰਾਜਨੀਤਿਕ ਹਾਲਾਤਾਂ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸੀਗਾ ਔਰ ਉਸ ਵਿਸਾਖੀ ਦੇ ਦੌਰਾਨ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਨਿਰੰਕਾਰੀਆਂ ਵੱਲੋਂ ਇੱਕ ਸਮਾਗਮ ਰਚਿਆ ਗਿਆ ਸੀਗਾ ਔਰ 13 ਸਿੰਘ ਉਸ ਦੇ ਵਿੱਚ ਸ਼ਹੀਦ ਹੋਏ ਸੀਗੇ ਲਗਭਗ 80 ਤੋਂ ਵੱਧ ਸਿੰਘ ਜਿਹੜੇ ਸੀਗੇ ਜ਼ਖਮੀ ਹੋਏ ਸੀਗੇ ਉਸ ਵਿਸਾਖੀ ਤੋਂ ਜਥੇਦਾਰ ਸੁਖਦੇਵ ਸਿੰਘ ਬੱਬਰ ਜੋ ਕਿ ਬਾਅਦ ਦੇ ਵਿੱਚ ਬੱਬਰ ਖਾਲਸਾ ਜਥੇਬੰਦੀ ਦੇ ਮੁਖੀ ਵੀ ਰਹੇ 1978 ਤੋਂ ਲੈ ਕਰਕੇ 1992 ਤੱਕ ਉਹਨਾਂ ਨੇ ਪੰਜਾਬ ਦੀ ਅਤੇ ਪੰਥ ਦੀ ਵੱਖ ਵੱਖ ਢੰਗਾਂ ਦੇ ਨਾਲ ਖਾਲਸਾਈ ਪਰੰਪਰਾਵਾਂ ਦੇ ਉੱਤੇ ਚੱਲਦੇ ਹੋਏ ਉਹਨਾਂ ਨੇ ਸੇਵਾਵਾਂ ਵੀ ਕੀਤੀਆਂ ਔਰ ਬੜੀ ਵੱਡੀ ਕੁਰਬਾਨੀ ਹੈ ਉਸ ਭਾਈ ਸੁਖਦੇਵ ਸਿੰਘ ਬੱਬਰ ਜਥੇਦਾਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਉਹਨਾਂ ਦੀ 31ਵੀਂ ਬਰਸੀ ਜਿਹੜੀ ਹੈ ਉਹ ਮਨਾਉਣ ਵਾਸਤੇ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਸੀਗੀ ਜੋ ਕਿ 9 ਅਗਸਤ ਬੁੱਧਵਾਰ ਵਾਲੇ ਦਿਨ 2023 ਨੂੰ ਉਹਨਾਂ ਦੇ ਜੱਦੀ ਪਿੰਡ ਦਾਸੂਵਾਲ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਵਿਖੇ ਸਵੇਰੇ 10 ਵਜੇ ਤੋਂ ਲੈ ਕਰਕੇ 2 ਵਜੇ ਤੱਕ ਮਨਾਈ ਜਾਏਗੀ ਔਰ ਉਸ ਪ੍ਰਥਾਏ 7 ਅਗਸਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰੱਖੇ ਜਾਣਗੇ ਜਿਹਨਾਂ ਦੇ ਭੋਗ 9 ਅਗਸਤ ਨੂੰ ਪਾਏ ਜਾਣਗੇ ਔਰ ਅਸੀਂ ਸਮੂਹ ਸੰਗਤ ਨੂੰ ਬੇਨਤੀ ਕਰਨ ਵਾਸਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਮੂਹ ਸੰਗਤਾਂ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਨੇ ਜਥੇਦਾਰ ਸੁਖਦੇਵ ਸਿੰਘ ਬੱਬਰ ਜਿਹਨਾਂ ਨੇ ਕਿ ਇੱਕ ਬੜਾ ਵੱਡਾ ਪੰਜਾਬ ਦੇ ਕਿਸਾਨਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਹਰ ਵਰਗ ਵਾਸਤੇ ਇੱਕ ਇਤਿਹਾਸ ਸਿਰਜਿਆ ਸੀਗਾ ਜਦੋਂ ਕਿ ਪਾਣੀ ਦੀ ਰਾਖੇ ਦੇ ਤੌਰ ਦੇ ਉੱਤੇ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚੰਨੀ ਜੀ ਨੇ ਕੁਰਬਾਨੀ ਕਰਕੇ ਪਾਣੀ ਪੰਜਾਬ ਦਾ ਸੀਗਾ ਉਹ ਦੂਜੇ ਸੂਬਿਆਂ ਤੋਂ ਜਾਣ ਤੋਂ ਰੋਕਿਆ SYL ਦੇ ਕੰਮ ਨੂੰ ਉਹਨਾਂ ਰੋਕਿਆ ਔਰ ਉਹ ਸਾਰਾ ਕੁਝ ਜਿਹੜਾ ਸੀਗਾ ਜਥੇਦਾਰ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਦੇ ਹੇਠ ਇਹ ਸਾਰੇ ਪ੍ਰੋਗਰਾਮ ਹੋਏ ਸੀਗੇ ਉਹਨਾਂ ਨੇ ਆਪਣੀ ਨਿੱਜੀ ਲੜਾਈ ਕੋਈ ਵੀ ਨਹੀਂ ਲੜੀ ਔਰ ਉਹਨਾਂ ਨੇ ਜੋ ਕੁਝ ਵੀ ਕੀਤਾ ਪੰਜਾਬ ਦੇ ਲੋਕਾਂ ਵਾਸਤੇ ਕੀਤਾ ਔਰ ਪੰਥ ਦੇ ਵਾਸਤੇ ਕੀਤਾ ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦਿਆਂ ਕਿ ਜਥੇਦਾਰ ਸੁਖਦੇਵ ਸਿੰਘ ਬੱਬਰ ਜਿਹੜੇ ਸੀਗੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਜਿਹੜੀ ਸੀਗੀ ਉਹ ਇੱਕ ਗੁਰਮਤ ਰਹੁ ਰੀਤਾਂ ਗੁਰਮਤ ਦੇ ਸਿਧਾਂਤਾਂ ਦੇ ਉੱਤੇ ਚੱਲਦੀ ਸੀਗੀ ਮੈਨੂੰ ਕੋਈ ਵੀ ਐਸਾ ਵਾਕਿਆ ਨਹੀਂ ਚੇਤੇ ਕਿਉਂਕਿ ਮੈਂ ਬਹੁਤ ਕੁਛ ਇਸ ਜਥੇਬੰਦੀ ਦੇ ਵਿੱਚ ਰਹਿ ਕਰਕੇ ਉਹ ਜਥੇਬੰਦੀ ਦੇ ਆਗੂਆਂ ਨਾਲ ਵਿਚਰ ਕੇ ਵੇਖਿਆ ਕਦੇ ਵੀ ਇਹੋ ਜਿਹੀ ਗੱਲ ਮੈਨੂੰ ਨਜ਼ਰ ਨਹੀਂ ਆਈ ਕਿ ਕਿਸੇ ਪ੍ਰਕਾਰ ਦੀ ਫਿਰਕੂ ਜਿਹੜੀ ਸੀਗੀ ਸੋਚ ਉਹਨਾਂ ਦੇ ਮਨ ਵਿੱਚ ਹੋਵੇ ਜਾਂ ਉਹ ਪੰਜਾਬ ਦੇ ਵਿੱਚ ਫਿਰਕੂ ਕੋਈ ਦੰਗੇ ਕਰਾਉਣੇ ਚਾਹੁੰਦੇ ਹੋਣ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਹਿ ਸਕਦਾ ਹਾਂ ਕਿ ਐਸੇ ਜਿਹੜੇ ਗੁਰਸਿੱਖ ਸੀਗੇ ਇਹ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੋਚ ਤੇ ਚੱਲਦੇ ਹੋਏ ਉਹਨਾਂ ਨੇ ਇੱਕ ਅਣਖੀਲੇ ਯੋਧੇ ਦੇ ਤੌਰ ਦੇ ਉੱਤੇ ਬੱਬਰ ਖਾਲਸਾ ਜਥੇਬੰਦੀ ਨੂੰ ਅਗਵਾਈ ਦਿੱਤੀ ਸੋ ਐਸੇ ਮਹਾਨ ਸੂਰਮੇ ਨੂੰ ਜਿਹੜਾ ਹੈ ਸ਼ਰਧਾਂਜਲੀ ਦੇਣ ਵਾਸਤੇ ਜਿਹੜਾ ਹੈ ਉਹ 9 ਅਗਸਤ ਵਾਲੇ ਦਿਨ ਦਾਸੂਵਾਲ ਵਿਖੇ ਸਾਰੀ ਸੰਗਤਾਂ ਨੂੰ ਪੁੱਜਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਮੈਂ ਦੱਸਦਿਆਂ ਕਿ ਭੋਗ ਦੇ ਉਪਰੰਤ ਜਿਹੜਾ ਹੈ ਕੀਰਤਨ ਕੀਤੇ ਜਾਣਗੇ ਕਵੀਸ਼ਰ ਜੱਥੇ ਢਾਡੀ ਜੱਥੇ ਅਤੇ ਪੰਥਕ ਆਗੂ ਸ਼ਰਧਾਂਜਲੀਆਂ ਭੇਟ ਕਰਨਗੇ ਔਰ ਇਹ ਸਾਰੇ ਪ੍ਰਬੰਧ ਜਿਹੜਾ ਹੈ ਉਹ ਜਥੇਦਾਰ ਬਖਸ਼ੀਸ਼ ਸਿੰਘ ਜਿਹੜੇ ਨੇ ਉਹ ਅਖੰਡਕੀ ਜੱਥੇ ਦੇ ਮੁਖੀ ਜਿਹੜੇ ਨੇ ਉਹ ਇਸ ਸਾਰੇ ਪ੍ਰੋਗਰਾਮ ਦੀ ਦੇਖ ਰੇਖ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸੋ ਮੈਂ ਇੱਕ ਵਾਰ ਫਿਰ ਸਮੁੱਚੇ ਪੰਥਕ ਜਥੇਬੰਦੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿਹੜੇ ਸਾਡੇ ਹਿੰਦੂ ਭਰਾ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਸ਼ਹੀਦੀ ਸਮਾਗਮ ਵਿੱਚ ਪੁੱਜ ਕੇ ਜਿਹੜਾ ਪੰਜਾਬ ਦੀ ਵਿਰਾਸਤ ਜਾਂ ਪੰਜਾਬ ਦਾ ਇਤਿਹਾਸ ਜੋ ਉਹਨਾਂ ਨੇ ਸਿਰਜਿਆ ਹੈ ਉਸ ਵਿਰਾਸਤ ਨੂੰ ਘਰੋ ਘਰੀ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮਾਗਮ ਦੇ ਵਿੱਚ ਹਰ ਜਥੇਬੰਦੀ ਦੇ ਜਿਹੜੇ ਨੇ ਆਗੂ ਜਿਹੜੇ ਨੇ ਪੰਥਕ ਆਗੂ ਅਤੇ ਸਿਆਸੀ ਆਗੂ ਵੀ ਪਹੁੰਚਣਗੇ ਜਿਵੇਂ ਤੁਸੀਂ ਸਵਾਲ ਕੀਤਾ ਹੋਰ ਇਹ ਗੱਲ ਮੈਂ ਬੜੇ ਦੁੱਖ ਦੇ ਨਾਲ ਵੀ ਕਹਿਣਾ ਚਾਹੁੰਦਾ ਹਾਂ ਕਿ ਇੰਨੇ ਮਹਾਨ ਸ਼ਹੀਦ ਸਿੰਘਾਂ ਦੇ ਸ਼ਹੀਦੀ ਸਮਾਗਮਾਂ ਦੇ ਉੱਤੇ ਜਿਹੜਾ ਹੈ ਤਖਤਾਂ ਦੇ ਜਥੇਦਾਰ ਜਿਹੜੇ ਨੇ
ਉਹ ਉੱਥੇ ਆਪਣੀਆਂ ਹਾਜ਼ਰੀਆਂ ਨਹੀਂ ਲਗਵਾਉਂਦੇ। ਇਸੇ ਤਰੀਕੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਜਿਹੜੇ ਨੇ, ਮੁੱਖ ਗ੍ਰੰਥੀ ਸਾਹਿਬਾਨ ਜਿਹੜੇ ਨੇ ਉਹ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਵੀ ਜਿਹੜੇ ਨੇ, ਉਹਨਾਂ ਨੂੰ ਵੀ ਇਹਨਾਂ ਸਮਾਗਮਾਂ ਵਿੱਚ ਆ ਕਰਕੇ ਆਪਣੀਆਂ ਹਾਜ਼ਰੀਆਂ ਲਗਵਾਉਣੀਆਂ ਚਾਹੀਦੀਆਂ ਨੇ, ਕਿਉਂਕਿ ਇਹ ਇੱਕ ਪੰਥਕ ਕਾਰਜ ਹੈ, ਇੱਕ ਵਿਰਾਸਤ ਹੈ। ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਜੀ ਨੂੰ ਵੀ ਅਪੀਲ ਕਰਦਾ ਹਾਂ ਕਿ ਇਸ ਵਿਰਾਸਤ ਨੂੰ ਸਾਂਭਣ ਵਾਸਤੇ ਜਥੇਦਾਰ ਸੁਖਦੇਵ ਸਿੰਘ ਬੱਬਰ, ਭਾਈ ਮਾਨਵਚਾਲ ਅਤੇ ਹੋਰ ਜਿਹੜੇ ਜਥੇਬੰਦੀਆਂ ਦੇ ਮੁਖੀ ਨੇ, ਉਹਨਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਕੇਂਦਰੀ ਅਜਾਇਬ ਘਰ ਦੇ ਵਿੱਚ ਲਗਾਈਆਂ ਜਾਣ। ਮੈਂ ਸਮਝਦਾ ਹਾਂ ਕਿ ਪੰਜਾਬ ਦੀ ਵਿਰਾਸਤ ਨੂੰ ਸਾਂਭਣਾ, ਪੰਥ ਦੀ ਵਿਰਾਸਤ ਸੰਭਾਲਣਾ ਸ਼੍ਰੋਮਣੀ ਕਮੇਟੀ ਦਾ ਮੁੱਢਲਾ ਫਰਜ਼ ਬਣਦਾ ਹੈ। ਤੁਸੀਂ ਬਿਲਕੁਲ ਦਰੁਸਤ ਕਿਹਾ, ਠੀਕ ਕਿਹਾ ਹੈ ਕਿ ਭਾਈ ਮੂਸੇਵਾਲ ਦੇ ਗਾਣੇ ਤੋਂ ਪਤਾ ਲੱਗਿਆ ਲੋਕਾਂ ਨੂੰ ਕਿ ਭਾਈ ਬਲਵਿੰਦਰ ਸਿੰਘ ਜਟਾਣੇ ਦਾ SYL ਅਤੇ ਪੰਜਾਬ ਦੇ ਪਾਣੀਆਂ ਦੇ ਵਾਸਤੇ ਕਿੱਡੀ ਵੱਡੀ ਉਹਨਾਂ ਨੇ ਕੁਰਬਾਨੀ ਕੀਤੀ ਹੈ। ਹੋਰ ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੇ ਉੱਤੇ ਕਿ ਬਾਦਲਾਂ ਦੀ ਰਾਜਨੀਤੀ ਜਿਹੜੀ ਹੈ ਉਹ ਜ਼ਿਆਦਾ ਭਾਰੂ ਹੈ, ਹੋਰ ਉਹ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹਨਾਂ ਨੂੰ ਸ਼ਹੀਦਾਂ ਦਾ ਇਤਿਹਾਸ ਜਿਹੜਾ ਹੈ ਉਹ ਸੰਭਾਲਣ ਦੀ ਲੋੜ ਹੈ, ਔਰ ਉਸ ਨੂੰ ਦੇ ਉੱਤੇ ਨਾ ਕੇਵਲ ਕੇਂਦਰੀ ਅਜਾਇਬ ਘਰ ਦੇ ਵਿੱਚ ਫੋਟੋਆਂ ਲਗਾਈਆਂ ਜਾਣ, ਬਲਕਿ ਇਹਨਾਂ ਸ਼ਹੀਦਾਂ ਦੇ ਪ੍ਰਥਾਏ ਜਿਹੜਾ ਹੈ, ਇਹਨਾਂ ਦਾ ਇਤਿਹਾਸ ਇਕੱਠਾ ਕਰਕੇ, ਇਹਨਾਂ ਦੀ ਜੀਵਨੀਆਂ ਇਕੱਠੀਆਂ ਕਰਕੇ ਜਿਹੜੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਕਿਤਾਬਚੇ ਕੱਢੇ ਜਾਣ, ਜਿਹਦੇ ਨਾਲ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ। ਨਾਲ ਦੇ ਨਾਲ ਮੈਂ ਇਹ ਵੀ ਅਰਜ਼ ਕਰਾਂਗਾ ਕਿ ਜਿੰਨੇ ਇਹ ਸ਼ਹੀਦ ਸਿੰਘ ਨੇ, ਕਿਉਂਕਿ ਵੱਖ ਵੱਖ ਥਾਵਾਂ 'ਤੇ ਇਹਨਾਂ ਦੇ ਸ਼ਹੀਦੀ ਸਮਾਗਮ ਮਨਾਏ ਜਾਂਦੇ ਨੇ, ਕਿਉਂਕਿ ਨਾ ਕੇਂਦਰੀ ਤੌਰ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਮੁੱਚੇ ਸ਼ਹੀਦਾਂ ਦਾ ਇੱਕ ਜਿਹੜਾ ਹੈ ਕਾਮਨ ਪ੍ਰੋਗਰਾਮ ਜਿਹੜਾ ਹੈ, ਸ਼ਹੀਦੀ ਸਮਾਗਮ ਜਿਹੜਾ ਹੈ ਉਹ ਕਰਵਾਇਆ ਜਾਏ, ਜਿਹਦੇ ਨਾਲ ਕੌਮ ਦੇ ਵਿੱਚ ਇੱਕ ਸਾਰਤਾ ਵੀ ਆਏ, ਇੱਕ ਜੁੱਟਤਾ ਵੀ ਪੈਦਾ ਹੋਏ ਅਤੇ ਇੱਕ ਵੱਡੇ ਪੱਧਰ 'ਤੇ ਸੁਨੇਹਾ ਜਿਹੜਾ ਹੈ ਕੌਮ ਵਿੱਚ ਜਾਵੇ ਕਿ ਵੀ ਇਹ ਸਮੁੱਚੇ ਸ਼ਹੀਦਾਂ ਦਾ ਇਹ ਸ਼ਹੀਦੀ ਸਮਾਗਮ ਜਿਹੜਾ ਹੈ ਅਕਾਲ ਤਖਤ ਸਾਹਿਬ 'ਤੇ ਮਨਾਇਆ ਜਾ ਰਿਹਾ ਹੈ। ਸੋ ਇਸ ਪ੍ਰਕਾਰ ਦੇ ਉਪਰਾਲੇ ਕਰਨ ਦੀ ਅੱਜ ਸਮੇਂ ਦੀ ਲੋੜ ਹੈਗੀ ਹੈ। ਅਗਲਾ ਸਵਾਲ ਮੇਰਾ ਕੀ ਲੱਗਦਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੋ ਕਿ ਨਵ ਨਿਯੁਕਤ ਜਥੇਦਾਰ ਨੇ, ਉਹਨਾਂ ਨੂੰ ਉੱਤੇ ਵੀ ਉਹਨਾਂ ਦੀ ਐਕਸ਼ਨ ਜਿਹੜਾ ਲੈਣਾ ਚਾਹੀਦਾ ਜਾਂ ਇਸ ਤਰ੍ਹਾਂ ਦੇ ਸਮਾਗਮ ਮਨਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਅਪੀਲ ਜਾਂ ਉਹਨਾਂ ਨੂੰ ਇੱਕ ਪ੍ਰਪੋਜ਼ਲ ਜਿਹੜੀ ਉਹ ਭੇਜਣੀ ਚਾਹੀਦੀ ਹੈ? ਦੇਖੋ, ਇਹ ਬਿਲਕੁਲ ਜਥੇਦਾਰ ਅਕਾਲ ਤਖਤ ਦਾ ਇਹ ਫਰਜ਼ ਬਣਦਾ ਹੈ, ਰਘਬੀਰ ਸਿੰਘ ਹੋਣ ਭਾਵਾਂ ਕੋਈ ਵੀ ਹੋਏ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਇਸ ਪ੍ਰਕਾਰ ਦੇ ਪ੍ਰੋਗਰਾਮ ਕਰਾਏ ਜਾਣ। ਲੇਕਿਨ ਇਹ ਚੀਜ਼ਾਂ ਦੇ ਉੱਤੇ ਪਹਿਲਕਦਮੀ ਤਾਂ ਹੀ ਹੋਏਗੀ ਜੇਕਰ ਅਸੀਂ ਇੱਕ ਪਰਿਵਾਰ ਦੇ ਰਾਜਨੀਤਿਕ ਗਲਬੇ 'ਚੋਂ ਬਾਹਰ ਨਿਕਲਾਂਗੇ, ਕਿਉਂਕਿ ਜਦ ਤੱਕ ਇੱਕ ਪਰਿਵਾਰ ਜਿਹੜਾ ਹੈ ਰਾਜਨੀਤਿਕ ਤੌਰ 'ਤੇ ਸਾਡੇ 'ਤੇ ਭਾਰੂ ਹੈ, ਤਦ ਤੱਕ ਮੈਂ ਸਮਝਦਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਇੰਡੀਪੈਂਡੈਂਟਲੀ ਜਿਹੜਾ ਹੈ ਆਜ਼ਾਦਾਨਾ ਤੌਰ ਦੇ ਉੱਤੇ ਪੰਥਕ ਗਤੀਵਿਧੀਆਂ ਨਹੀਂ ਕਰ ਸਕਦੇ, ਕਿਉਂਕਿ ਉੱਥੇ ਉਹ ਪਰਿਵਾਰ ਜਿਹੜਾ ਹੈ ਉਹ ਆਪਣੇ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਸਾਰੇ ਪਹਿਲਕਦਮੀਆਂ ਕਰਦਾ ਹੈ। ਇਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਤੇ ਜਿਹੜਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਿਹੜਾ ਹੈ ਪੰਥਕ ਨਬਜ਼ ਨੂੰ ਸਮਝਦੇ ਹੋਏ ਆ ਜੋ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਕਰਵਾਉਣੇ ਚਾਹੀਦੇ ਨੇ।